पंजाब दे विच आए दिन अपराध वधदे जा रहे ने। जेकर गल लुधियाणा दी कीती जावे तां लुट खो कतल अते चोरी दीआं वारदातां ने लोकां दे मन दे विच डर पैदा कर दित्ता। हर रोज़ कतल अते चोरी दीआं वारदातां वापर रहीआं ने। बीती रात BRS नगर दे विच चोरी होई है। एक घर दे विच रखे गए नेपाली नौकर दे वलों अपने साथियों दे नाल मिल के घर दे विच चोरी दी वारदात नूं अंजाम दित्ता गया। परिवार दे वलों कुछ महीने पहला ही नौकर नूं काम ते रख्या गया सी। दस्या जा रहा है कि जदों नौकर दे वलों घर दे विच इह कांड कीता गया तां घर दे विच सिर्फ एक परिवारिक मैंबर मौजूद सी, जदों कि घर दीआं औरतां बठिंडा किसी रिश्तेदारी दे विच गईआं होईआं सन। फिलहाल घटना का पता लगन तो बाद पहुंची पुलिस दे वलों मामला दर्ज करके जांच शुरू कर दी गई है। घर दे विच मौजूद व्यक्ति दे दसण मुताबिक 10 से 12 हज़ार रुपए की चोरी हुई है। पुलिस अधिकारी ने वापरी इस चोरी की घटना बारे वधेरे जानकारी दिंदे हुए कहा कि घर दे विच लगे CCTV कैमरे की फोटेज खंगाली जा रही है। परिवार वालिया दे बयान दे आधार ते बनदी कानूनी कार्रवाई की जाएगी। ਸਰ ਕੀ ਕਹਿਣਾ ਚਾਹੁੰਦੇ, ਕੀ ਮਾਮਲਾ ਹੈ? ਕਿ 168 ਸੀ ਹਾਊਸ ਨੰਬਰ ਹੈਗਾ ਸਰ, ਉੱਥੇ ਵੀ ਹੈਵ ਰੀਚਡ ਕਿ ਵੀ ਹੈਵ ਗੋਟ ਦਿਸ ਇਨਫੋਰਮੇਸ਼ਨ ਕਿ ਜੋ ਉਰੇ ਬੰਦਾ ਨੇਪਾਲੀ ਕੰਮ ਕਰ ਰਿਹਾ ਸੀਗਾ ਕਿ ਉਹ ਰਾਤ ਨੂੰ ਇੱਕ ਬੰਦਾ ਘਰੇ ਸੀਗਾ, ਉਹਦੇ ਘਰੇ ਹੋਣ ਦਾ ਡਿਸਪਾਈਟ ਉਹ ਉਰੇ ਘਰ ਤੋਂ ਕੋਈ ਸਮਾਨ ਚੋਰੀ ਕਰਕੇ ਲੈ ਗਿਆ ਹੈਗਾ। ਤੋ ਫੋਰੈਂਸਿਕ ਟੀਮ ਵੀ ਹੈਵ ਕਾਲਡ ਅਤੇ ਜਿਹੜੇ ਬੰਦੇ ਨੇ ਉਹਨੂੰ ਰਖਵਾਇਆ ਸੀਗਾ ਉਹਦੇ ਥਰੂ ਕਰਕੇ ਉਹਦਾ ਸਾਰੇ ਡਾਕੂਮੈਂਟਸ ਵਗੈਰਾ ਤਾਂ ਅਸੀਂ ਉਹ ਕਰ ਲਏ ਨੇ। ਸੋ ਵੀ ਆਰ ਔਨ ਟੂ ਇਟ, ਛੇਤੀ ਤੁਹਾਨੂੰ ਗੁੱਡ ਨਿਊਜ਼ ਆਵੇਗਾ ਬੰਦਾ ਟਰੈਕ ਕਰ। ਸਰ ਕਿੰਨਾ ਕਿਲਾ ਹੈਗੀ ਚੋਰੀ ਕਿੰਨੀ? ਉਹ ਤੋਂ ਇਹਨਾਂ ਦੇ ਫੈਮਿਲੀ 'ਚ ਇੱਕ ਮਰਗ ਹੋ ਗਈ ਸੀਗੀ। ਇਹਨਾਂ ਦੀ ਜੋ ਲੇਡੀਜ਼ ਨੇ ਘਰ ਦੇ ਉਹ ਬਠਿੰਡੇ ਗਈਆਂ ਹੋਈਆਂ ਨੇ। ਸੋ ਦੇ ਆਰ ਔਨ ਦੇ ਵੇ ਬੈਕ ਬਠਿੰਡੇ ਤੋਂ ਉਰੇ। ਜਦੋਂ ਉਰੇ ਆਣਗੇ ਉਹਨਾਂ ਨੂੰ ਸਾਰਾ ਚੈੱਕ ਕਰਕੇ ਉਹ ਫਿਰ ਇਹਨਾਂ ਜੋ ਈਵਨ ਇਹਨਾਂ ਦੇ ਪਰਿਵਾਰ ਦੇ ਮੇਲ ਮੈਂਬਰ ਹੈਗੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ। ਸਰ ਕੋਈ CCTV ਰਿਕਾਰਡਿੰਗ? ਹਾਂ, CCTV ਫੁਟੇਜ ਜਿਹੜੇ ਬੰਦੇ ਆ ਰਹੇ ਨੇ ਉਹਨਾਂ ਦੀ ਵੀ ਹੈਵ ਗੋਟ, ਬਟ ਹਜੇ ਅਸੀਂ ਵੀ ਕੈਨੋਟ ਸ਼ੇਅਰ ਵਿਦ ਯੂ। ਤੇ ਐਸ ਸੂਨ ਐਸ ਕਿ ਅਸੀਂ ਇੱਕ ਵਾਰ ਬੰਦੇ ਉਹ ਕਰ ਲਈਏ ਤਾਂ ਵੀ ਲੈਟ ਯੂ ਨੋ। ਅਪਰੋਕਸ ਨੁਕਸਾਨ ਕਿੰਨਾ? ਨੌਕਰ ਕਿੰਨੇ ਦਿਨ ਪਹਿਲਾਂ? ਯਾਰ ਹਾਂਜੀ, ਨੌਕਰ ਕਿੰਨੇ ਕਿੰਨੇ ਦਿਨ ਪਹਿਲਾਂ ਰੱਖਿਆ? ਇਹਨਾਂ ਨੇ ਦੋ ਢਾਈ ਮਹੀਨੇ ਪਹਿਲਾਂ ਰਖਾਇਆ ਸੀ। ਜਿਹੜੇ ਜੈਂਟਸ ਨੇ ਉਹਨਾਂ ਨੂੰ ਸਿਰਫ 10-20 ਹਜ਼ਾਰ ਕੈਸ਼ ਦਾ ਪਤਾ ਸੀਗਾ। ਜੋ ਕੋਈ ਹੋਰ ਆਈਟਮ ਸੀਗੀਆਂ ਉਹਨਾਂ ਨੂੰ ਆਪਣੇ ਹਮੇਸ਼ਾ ਕੀ ਹੁੰਦਾ ਘਰ 'ਚ ਅਕਸਰ ਲੇਡੀਜ਼ ਨੂੰ ਪਤਾ ਹੁੰਦਾ ਕਿ ਸਮਾਨ ਘਰੇ ਹੈਗਾ ਕੀ ਨਹੀਂ ਹੈਗਾ। ਤੋ ਲੇਡੀਜ਼ ਜਿਹੜੇ ਬੰਦੇ ਅੰਦਰ ਐਂਟਰ ਕਰ ਰਹੇ ਨੇ ਉਹ ਕੁਛ ਨੰਬਰ ਆਫ ਬੰਦੇ ਹੈਗੇ ਨੇ। ਆਈ ਲੈਟ ਯੂ ਨੋ ਜਦੋਂ ਵਾਂਸ ਆਈ ਸੋਲਵ ਇਟ। ਟਾਈਮਿੰਗ ਕੀ ਦੱਸੀ ਉਹਦੇ ਚ? ਟਾਈਮਿੰਗ ਰਾਤ ਦਾ ਟਾਈਮ ਹੈ, 12 ਤੋਂ ਤਕਰੀਬਨ 2:30 ਵਜੇ। ਮਤਲਬ ਵੀਡੀਓ ਸੁਭਾ ਕੇ ਸੁੱਤੇ ਲਗੇ ਕਿ ਅੱਧੀ ਲੈ ਗਏ ਲੋਕ? ਨਹੀਂ, ਕੁਝ ਸੁਭਾਇਆ ਨਹੀਂ ਹੈਗਾ, ਸੁੱਤੇ ਹੋਏ ਸੀਗੇ। ਤੇ ਇਸ ਤੋਂ ਜ਼ਿਆਦਾ ਇਨਫੋਰਮੇਸ਼ਨ ਵਾਂਸ ਵੀ ਗੈਟ ਦਮ ਵੀ ਲੈਟ ਯੂ ਨੋ। ਫਿਲਹਾਲ ਪੁਲਿਸ ਦੇ ਵੱਲੋਂ ਰਿਸ਼ਤੇਦਾਰੀ ਦੇ ਵਿੱਚ ਗਈਆਂ ਘਰ ਦੀਆਂ ਔਰਤਾਂ ਦੀ ਉਡੀਕ ਕੀਤੀ ਜਾ ਰਹੀ ਹੈ, ਜੋ ਵਾਪਸ ਆ ਕੇ ਘਰ ਦੇ ਵਿੱਚ ਚੋਰੀ ਹੋਏ ਸਮਾਨ ਦੀ ਡਿਟੇਲ ਪੁਲਿਸ ਨੂੰ ਦੇਣਗੀਆਂ। ਲੁਧਿਆਣਾ ਤੋਂ ਅਰੁਣ ਲੁਧਿਆਣਵੀ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।